ਮੈਨੂੰ ਲੱਗਦਾ ਕਿ ਹਰ ਚੀਜ਼ ਮਿਲਣ ਦੇ ਬਾਵਜੂਦ ਵੀ ਹੁਣ ਜਿੱਦਾਂ ਮੰਨ ਲਓ ਚੌਧਰੀ ਪਰਿਵਾਰ ਹੈ, ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹਿ ਲਓ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਵੀ ਵਿਕਰਮ ਚੌਧਰੀ ਆਪਣੀ ਇਸ MLA ਸ਼ਿਪ ਨੂੰ ਰਿਜ਼ਾਈਨ ਕਰਕੇ ਅਤੇ BJP ਵੱਲੋਂ ਖੁੱਲ੍ਹ ਕੇ ਲੜੇ ਤਾਂ ਫਿਰ ਤਾਂ ਆਉਂਦਾ ਨਾ ਸਵਾਦ, ਅਤੇ ਫਿਰ ਪਤਾ ਲੱਗੂਗਾ ਕਿ ਇਹਦੀ ਜਿਹੜੀ ਹੈਗੀ ਹੈ ਜ਼ਮਾਨਤ ਬਚਦੀ ਆ, ਕਿਉਂਕਿ ਮਤਲਬ ਸਾਰਾ ਪਰਿਵਾਰ ਉੱਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ, ਕਿਉਂਕਿ ਐਂ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ MLA ਹਾਂ ਪਰ ਸਾਰਾ ਪਰਿਵਾਰ ਉੱਧਰ ਜਿਹੜਾ BJP 'ਚ ਤੋਰ ਦੇਣਾ। ਅਸਲੀ ਗੱਲ ਹੈ ਇਹ ਲੋਕਾਂ ਨੂੰ ਸਵਾਏ ਸਿਕਿਉਰਿਟੀ ਤੋਂ ਅਤੇ ਸਵਾਏ ਕਿਤੇ ਘਰ ਘੁਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਦੋਂ ਵੱਡੀ ਇਹਨਾਂ ਦੀ ਸਿਆਸਤ ਬਹੁਤੀ ਹੈ ਨਹੀਂ। ਪਿਛਲੇ ਦਿਨੇ ਇੱਕ ਇਹਨਾਂ ਨੇ ਕਿਸੇ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਲਿਆਉਣ ਵਾਲੇ ਪ੍ਰਗਟ ਸਿੰਘ ਨੇ ਅਤੇ ਹੁਣ ਉਹ ਦੇਖਦੇ ਨੇ ਕਿਵੇਂ ਘਰ ਕੇ ਜੋ ਆਪਣੀ ਵੋਟਾਂ ਪਾਉਣ। ਦੇਖੋ ਮੈਂ ਤਾਂ ਬੜਾ ਕਲੀਅਰ ਕੱਟ ਇਸ ਗੱਲ ਲਈ, ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਜਿਹੜੀ ਟਿਕਟ ਮਿਲੀ ਸੀ ਲੇਕਿਨ ਨਹੀਂ ਜਿੱਤੇ, ਔਰ ਉਹਦੇ ਤੋਂ ਬਾਅਦ ਜੇ ਕੋਈ ਪਾਰਟੀ ਨੇ ਡਿਸੀਜ਼ਨ ਲਿਆ ਹੈਗਾ, ਜੇ ਕੋਈ ਸਰਵੇ ਹੋਇਆ ਹੈਗਾ ਤਾਂ ਮੈਨੂੰ ਲੱਗਦਾ ਉਸ ਮੈਂਡੇਟ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ, ਔਰ ਜੇ ਫਿਰ ਇੰਨੀ ਨਾਰਾਜ਼ਗੀ ਆ ਤਾਂ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਿਜ਼ਾਈਨ ਦੇ ਕੇ ਦੁਬਾਰਾ ਤੋਂ MLA ਦਾ ਮੈਂਡੇਟ ਲੈਣਾ ਚਾਹੀਦਾ। ਕਰਮਜੀਤ ਕੌਰ ਚੌਧਰੀ ਨੇ BJP ਜੁਆਇਨ ਕਰਨ ਦੇ ਬਾਅਦ ਸਟੇਟਮੈਂਟ ਦਿੱਤੀ ਕਿ ਉਹਨਾਂ ਦੇ ਮਹਿਰੂਨ ਪਤੀ ਸੀ ਸਾਂਸਦ ਚੌਧਰੀ ਸੰਤੋਖ ਸਿੰਘ, ਅਤੇ ਉਹਨਾਂ ਦੇ ਪਿੱਛੇ ਜਿੰਨੇ ਵੀ ਸੀਗੇ ਕਾਂਗਰਸ ਦਾ ਹਮੇਸ਼ਾ ਸੇਵਾ ਦਿੰਦੇ ਆਏ ਨੇ ਪਰ ਇਸ ਵਾਰ ਕਾਂਗਰਸ ਲਈ ਉਹਨਾਂ ਦੀ ਕੀਤੀ ਨਹੀਂ ਜਾਣੀ। ਨਹੀਂ ਦੇਖੋ ਚੌਧਰੀ ਸਾਹਿਬ ਬਹੁਤ ਵਧੀਆ ਇਨਸਾਨ ਸੀ, ਮੈਂ ਉਹਨਾਂ 'ਤੇ ਕੋਈ ਟਿੱਪਣੀ ਕਰ ਹੀ ਨਹੀਂ ਸਕਦਾ, ਰਿਐਲਿਟੀ ਇਹ ਆ ਕਿਉਂਕਿ ਮੇਰੇ ਨਾਲ ਵੀ ਔਰ ਅਦਰਵਾਈਜ਼ ਵੀ, ਬਟ ਹੋਰ ਸਰਕਮਸਟਾਂਸਿਸ ਇਹੋ ਜਿਹੇ ਹੈਗੇ ਆ ਜਿੱਥੇ ਬੇਸਿਕਲੀ ਜਿਹੜੀ ਐਕਸੈਪਟੇਬਿਲਟੀ ਤਾਂ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ ਨਾ, ਉਹਦੇ ਵਿੱਚ ਕਿਸੇ ਦਾ ਤਾਂ ਕੀ ਰੋਲ ਹੈਗਾ, ਜਦੋਂ ਐਕਸੈਪਟੇਬਿਲਟੀ ਨਹੀਂ ਹੈਗੀ ਤਾਂ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ। ਤੇਜਿੰਦਰਪਾਲ ਸਿੰਘ ਬਿੱਟੂ ਕਿਉਂਕਿ ਸਹਿ ਪਰਿਵਾਰੀ ਵੀ ਸੀ ਹਿਮਾਚਲ ਦੇ ਅਤੇ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਸੀਗੇ, ਉਹਨਾਂ ਦਾ ਜਾਣਾ ਕਿਤੇ ਨਾ ਕਿਤੇ ਜਲੰਧਰ ਦੀ ਸਿਆਸਤ ਦੇ ਵਿੱਚ, ਕਿਉਂਕਿ ਜਲੰਧਰ ਤੋਂ ਨੇ ਉਹ, ਅਤੇ ਕਿਤੇ ਨਾ ਕਿਤੇ ਫੈਕਟ ਪਾਏਗਾ ਕਾਂਗਰਸ ਨੂੰ। ਮੈਨੂੰ ਲੱਗਦਾ ਕੋਈ ਫੈਕਟ ਨਹੀਂ ਹੈਗਾ, ਐਵੇਂ ਆਪਾਂ ਜੋ ਮਰਜ਼ੀ ਕਹਿ ਲਈਏ, ਸੋ ਮੈਨੂੰ ਲੱਗਦਾ ਇਦੋਂ ਵੱਧ ਕਹਿਣ ਦੀ ਜ਼ਰੂਰਤ ਨਹੀਂ, ਕਿਉਂਕਿ ਐਕਚੁਅਲੀ ਇਹ ਸੀਜ਼ਨ ਹੈ। ਕਈ ਵਾਰੀ ਨਹੀਂ ਜਿੱਦਾਂ ਕੋਈ ਪੱਤਝੜ ਆਉਂਦੀ ਆ ਜਾਂ ਕਈ ਵਾਰੀ ਨਵੀਂ ਬਹਾਰ ਆਉਂਦੀ ਆ, ਇਸ ਵਾਰੀ ਤਾਂ ਲੀਡਰਾਂ ਨੇ ਸਿਰੇ ਹੀ ਲਾਤਾ, ਕਿਉਂਕਿ ਕੋਈ ਸੋਚ ਨਹੀਂ, ਕੋਈ ਆਈਡੀਆਲੋਜੀ ਨਹੀਂ ਹੈ, ਸਿਰਫ ਅਤੇ ਸਿਰਫ ਅਪਰਚੁਨਿਟੀ ਹੈਗੀ ਆ। ਮੈਨੂੰ ਲੱਗਦਾ ਜਿਹੜੇ ਇੱਦਾਂ ਦੇ ਅਪਰਚੁਨਿਸਟ ਸਿਸਟਮ ਦੇ ਵਿੱਚ ਹੈਗੇ ਆ ਉਹ ਚਲੇ ਜਾਣ ਤਾਂ ਮੈਨੂੰ ਲੱਗਦਾ ਪਾਰਟੀ ਦਾ ਫਾਇਦਾ ਹੁੰਦਾ, ਕਿਉਂਕਿ ਤਮਾਮ ਲੀਡਰਸ਼ਿਪ ਤਕਰੀਬਨ ਜਿਹੜੀ ਹੈ BJP ਆਮ ਆਦਮੀ ਦੀ ਜਾ ਰਹੀ ਹੈ, ਲੇਕਿਨ ਕਾਂਗਰਸ ਦਾ ਜਿਹੜਾ ਗ੍ਰਾਫ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਅਗਰ ਲੀਡਰ ਹੀ ਚਲੇ ਗਏ ਤਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਤਾਂ ਉਹਨਾਂ ਦੇ ਨਾਲ ਹੀ ਹੁੰਦੇ। ਦੇਖੋ ਅਲਟੀਮੇਟਲੀ ਗੌਰਵ ਜੀ ਅੱਜ ਕੱਲ੍ਹ ਬਹੁਤੇ ਜ਼ਿਆਦਾ ਸਮਰਥਕ ਹੁੰਦੇ ਨਹੀਂ ਹੈ ਲੀਡਰਾਂ ਨਾਲ, ਲੀਡਰ ਇਕੱਲੇ ਹੀ ਰਹਿ ਜਾਂਦੇ ਆ ਲਗਭਗ, ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੰਨਾ ਕੁ ਜਿਹੜਾ ਛੱਡ ਛੁੱਡ ਕੇ ਜਾ ਰਹੇ ਆ ਉਨਾ ਕੁ ਕਾਂਗਰਸ ਨੂੰ ਵੱਧ ਫਾਇਦਾ ਹੋਵੇ। ਪਵਨ ਟਿੰਨੂ ਨੇ ਕਿਹਾ ਹੈਗਾ ਕਿ ਦਰਿਆ ਪਾਰ ਕਰਕੇ ਕੈਂਡੀਡੇਟ ਲਿਆ ਕੇ ਕਾਂਗਰਸ ਲੜਵਾ ਰਹੀ ਹੈ, ਤੇ ਅਗਰ ਲੋਕ ਉਹਨਾਂ ਤੋਂ ਕੰਮ ਕਰਾਉਣ ਦੀ ਖਰੜ ਲਿਆ ਕਰਨਗੇ। ਦੇਖੋ ਅਲਟੀਮੇਟਲੀ ਅਸੀਂ ਤਾਂ ਐਵੇਂ ਇਹ ਕਰਨ ਲੱਗ ਪੈਂਦੇ ਹਾਂ ਕਿ ਇਹ ਫਲਾਨੀ ਜਗ੍ਹਾ ਦਾ ਫਲਾਨੀ ਜਗ੍ਹਾ ਦਾ, ਇਹ ਬੜਾ ਵੱਡਾ ਬ੍ਰਹਿਮੰਡ ਆ, ਉਹਦੇ 'ਚ ਅਸੀਂ ਥੋੜ੍ਹੀ ਜਿਹੀ ਜਗ੍ਹਾ ਆਉਂਦੇ ਹਾਂ, ਅੱਛਾ ਉਹਦੇ ਵਿੱਚ ਇਹ ਕਿਹੜਾ ਕਿਸੇ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ।
ਕੋਈ ਕਿਤੇ ਰਹਿਣ ਲੱਗ ਪੈਂਦਾ, ਕੋਈ ਕਿਤੇ ਰਹਿਣ ਲੱਗ ਪੈਂਦਾ, ਤੇ ਚੰਨੀ ਜੀ ਇੱਥੇ ਰਹਿਣ ਲੱਗ ਪੈਣਗੇ, ਇਹਦੇ ਚ ਕੀ ਪ੍ਰੋਬਲਮ ਹੈ? ਚੰਨੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ ਜੋ ਕਹਿੰਦੇ ਕਿ ਮਹਿਰੂਮ ਸਾਂਸਦ ਸੰਤੋਖ ਸਿੰਘ ਚੌਧਰੀ ਦਾ ਅੱਜ ਦੇਹਾਂਤ ਹੋਇਆ ਕਿਉਂਕਿ ਚੌਧਰੀ ਪਰਿਵਾਰ ਜਿਹੜਾ ਬੀਜੇਪੀ ਚ ਸ਼ਾਮਿਲ ਹੋ ਗਿਆ। ਦੇਖੋ ਮੈਨੂੰ ਲੱਗਦਾ ਜਿਹੜੇ ਸਰਦਾਰ ਸੰਤੋਖ ਸਿੰਘ ਚੌਧਰੀ ਸੀ, ਮੈਂ ਉਹਨਾਂ ਬਾਰੇ ਨਹੀਂ ਕਮੈਂਟ ਕਰ ਸਕਦਾ ਕਿਉਂਕਿ ਇੱਕ ਚੰਗੇ ਇਨਸਾਨ ਵੀ ਚੰਗੇ ਇਨਸਾਨ ਸੀ, ਪਰ ਮੇਰਾ ਖਿਆਲ ਹੈ ਕਿ ਗਾਂ ਜਿਹੜੀ ਵਿਰਾਸਤ ਹੁੰਦੀ ਆ ਉਹ ਵਿਰਾਸਤ ਤਾਂ ਗਾਂ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੇ ਤੋਰਨੀ ਹੁੰਦੀ ਆ। ਸੋ ਵਿਕਰਮ ਬਾਰੇ ਤਾਂ ਮੈਨੂੰ ਲੱਗਦਾ ਕਿ ਜੇ ਇਹ ਇੰਨੀ ਇਹਨਾਂ 'ਚ ਗੱਟਸ ਹੈਗੇ ਆ ਤਾਂ ਦੈਨ ਹੀ ਸ਼ੁੱਡ ਰਿਜ਼ਾਈਨ ਐਂਡ ਦੈਨ ਕੰਟੈਸਟ, ਦੈਨ ਪਤਾ ਲੱਗੂਗਾ ਕਿ ਐਕਚੁਲੀ ਭਾਅ ਕਿਹੜੇ ਭਾਅ ਖੜਦੀ ਆ। ਤੁਹਾਡੀ ਵੀ ਚਰਚਾਵਾਂ ਹੋ ਰਹੀ ਹੈ ਕਿ ਤੁਹਾਨੂੰ ਵੀ ਪਾਰਟੀ ਕਿਤੇ ਨਾ ਕਿਤੇ ਟਿਕਟ ਦੇ ਕੇ ਚੋਣ ਲੜਵਾ ਸਕਦੀ ਹੈ, ਇਸ ਬਾਰੇ ਕੁਛ ਦੱਸ ਸਕੋ? ਨਹੀਂ ਦੇਖੋ ਮੈਂ ਬੜਾ ਕਲੀਅਰ ਹਾਂ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹ ਲੜਾਈ ਵੱਡੀ ਆ, ਇਹ ਲੜਾਈ ਦੇਸ਼ ਦੀ ਪੋਲੀਟਿਕਸ ਦੀ ਹੈਗੀ ਆ। ਬੀਜੇਪੀ ਜਿਹੜੀ ਆ ਅੱਜ ਦੀ ਤਰੀਕ ਦੇ ਵਿੱਚ ਦੇਸ਼ ਨੂੰ ਪੋਲਰਾਈਜ਼ ਕਰਨ 'ਤੇ ਲੱਗੀ ਹੋਈ ਆ। ਬੀਜੇਪੀ ਸੰਵਿਧਾਨ ਆਉਣ ਵਾਲੇ ਸਮੇਂ 'ਚ ਬੜਾ ਕਲੀਅਰ ਕੱਟ ਕਹਿ ਰਹੀ ਵੀ ਅਸੀਂ ਸੰਵਿਧਾਨ ਜਿਹੜਾ ਉਹ ਖਤਮ ਕਰਨਾ, ਚੇਂਜ ਕਰਨਾ। ਸੋ ਉਹਦੀ ਲੜਾਈ ਹੈਗੀ ਆ, ਔਰ ਉਸ ਲੜਾਈ ਦੇ ਵਿੱਚ ਜੇ ਪਾਰਟੀ ਮੈਨੂੰ ਜਿੱਥੇ ਵੀ ਠੀਕ ਸਮਝੂ ਮੈਂ ਲੜਨ ਤੋਂ ਭੱਜਦਾ ਨਹੀਂ ਹੈ, ਲੇਕਿਨ ਇਹ ਪਾਰਟੀ ਨੇ ਡਿਸਾਈਡ ਕਰ। ਮੈਨੂੰ ਲੱਗਦਾ ਕਿ ਹਰ ਚੀਜ਼ ਮਿਲਣ ਦੇ ਬਾਵਜੂਦ ਵੀ ਹੁਣ ਜਿੱਦਾਂ ਮੰਨ ਲਓ ਚੌਧਰੀ ਪਰਿਵਾਰ ਹੈ, ਐਕਚੁਅਲੀ ਅਸਲੀ ਗੱਲ ਹੈ ਬੰਦਿਆਂ ਵਾਲੀ ਗੱਲ ਜਾਂ ਕਹਿ ਲਓ ਜਿਹੜੀ ਮਰਦਾਂ ਵਾਲੀ ਗੱਲ ਤਾਂ ਇਹ ਹੈ ਵੀ ਵਿਕਰਮ ਚੌਧਰੀ ਆਪਣੀ ਇਸ MLA ਸ਼ਿਪ ਨੂੰ ਰਿਜ਼ਾਈਨ ਕਰਕੇ ਅਤੇ BJP ਵੱਲੋਂ ਖੁੱਲ੍ਹ ਕੇ ਲੜੇ ਤਾਂ ਫਿਰ ਤਾਂ ਆਉਂਦਾ ਨਾ ਸਵਾਦ, ਅਤੇ ਫਿਰ ਪਤਾ ਲੱਗੂਗਾ ਕਿ ਇਹਦੀ ਜਿਹੜੀ ਹੈਗੀ ਹੈ ਜਮਾਨਤ ਬਚਦੀ ਆ। ਕਿਉਂਕਿ ਮਤਲਬ ਸਾਰਾ ਪਰਿਵਾਰ ਉੱਧਰ ਤੋਰ ਕੇ ਔਰ ਅਲਟੀਮੇਟਲੀ ਆਪ ਛੱਡਣਾ ਨਹੀਂ ਹੈ, ਕਿਉਂਕਿ ਐਂ ਲੱਗਦਾ ਵੀ ਹਾਂ ਵੀ ਮੈਂ ਤਾਂ ਕਾਂਗਰਸ ਦਾ MLA ਹਾਂ ਪਰ ਸਾਰਾ ਪਰਿਵਾਰ ਉੱਧਰ ਜਿਹੜਾ BJP 'ਚ ਤੋਰ ਦੇਣਾ। ਅਸਲੀ ਗੱਲ ਹੈ ਇਹ ਲੋਕਾਂ ਨੂੰ ਸਵਾਏ ਸਿਕਿਉਰਿਟੀ ਤੋਂ ਅਤੇ ਸਵਾਏ ਕਿਤੇ ਘਰ ਘੁਰ ਮਿਲ ਜਾਣ ਤੋਂ ਹੋਰ ਇਹਨਾਂ ਨੂੰ ਮੈਨੂੰ ਲੱਗਦਾ ਇਦੋਂ ਵੱਡੀ ਇਹਨਾਂ ਦੀ ਸਿਆਸਤ ਬਹੁਤੀ ਹੈ ਨਹੀਂ। ਪਿਛਲੇ ਦਿਨੇ ਇੱਕ ਇਹਨਾਂ ਨੇ ਕਿਸੇ ਚੈਨਲ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਲਿਆਉਣ ਵਾਲੇ ਪਰਗਟ ਸਿੰਘ ਨੇ ਅਤੇ ਹੁਣ ਉਹ ਦੇਖਦੇ ਨੇ ਕਿਵੇਂ ਘਰ ਕੇ ਜੋ ਆਪਣੀ ਵੋਟਾਂ ਪਾਉਣ। ਦੇਖੋ ਮੈਂ ਤਾਂ ਬੜਾ ਕਲੀਅਰ ਕੱਟ ਇਸ ਗੱਲ ਲਈ ਕਿਉਂਕਿ ਪਿਛਲੀ ਵਾਰੀ ਇਹਨਾਂ ਨੂੰ ਜਿਹੜੀ ਟਿਕਟ ਮਿਲੀ ਸੀ ਲੇਕਿਨ ਨਹੀਂ ਜਿੱਤੇ, ਔਰ ਉਹਦੇ ਤੋਂ ਬਾਅਦ ਜੇ ਕੋਈ ਪਾਰਟੀ ਨੇ ਡਿਸੀਜ਼ਨ ਲਿਆ ਹੈਗਾ, ਜੇ ਕੋਈ ਸਰਵੇ ਹੋਇਆ ਹੈਗਾ ਤਾਂ ਮੈਨੂੰ ਲੱਗਦਾ ਉਸ ਮੈਂਡੇਟ ਨੂੰ ਸਾਨੂੰ ਐਕਸੈਪਟ ਕਰਨਾ ਚਾਹੀਦਾ, ਔਰ ਜੇ ਫਿਰ ਇੰਨੀ ਨਾਰਾਜ਼ਗੀ ਆ ਤਾਂ ਫਿਰ ਮੈਨੂੰ ਲੱਗਦਾ ਵਿਕਰਮ ਨੂੰ ਰਿਜ਼ਾਈਨ ਦੇ ਕੇ ਦੁਬਾਰਾ ਤੋਂ MLA ਦਾ ਮੈਂਡੇਟ ਲੈਣਾ ਚਾਹੀਦਾ। ਕਰਮਜੀਤ ਕੌਰ ਚੌਧਰੀ ਨੇ BJP ਜੁਆਇਨ ਕਰਨ ਦੇ ਸਟੇਟਮੈਂਟ ਦਿੱਤੀ ਕਿ ਉਹਨਾਂ ਦੇ ਮਹਿਰੂਮ ਪਤੀ ਸੀ ਸਾਂਸਦ ਚੌਧਰੀ ਸੰਤੋਖ ਸਿੰਘ, ਅਤੇ ਉਹਨਾਂ ਦੇ ਪਿੱਛੇ ਜਿੰਨੇ ਵੀ ਸੀਗੇ ਕਾਂਗਰਸ ਦਾ ਹਮੇਸ਼ਾ ਸੇਵਾ ਦਿੰਦੇ ਆਏ ਨੇ ਪਰ ਇਸ ਵਾਰ ਕਾਂਗਰਸ ਲਈ ਉਹਨਾਂ ਦੀ ਡਿਊਟੀ ਨਹੀਂ ਹੈ। ਨਹੀਂ ਦੇਖੋ ਚੌਧਰੀ ਸਾਹਿਬ ਬਹੁਤ ਵਧੀਆ ਇਨਸਾਨ ਸੀ, ਮੈਂ ਉਹਨਾਂ 'ਤੇ ਕੋਈ ਟਿੱਪਣੀ ਕਰ ਹੀ ਨਹੀਂ ਸਕਦਾ, ਰਿਐਲਿਟੀ ਇਹ ਆ ਕਿਉਂਕਿ ਮੇਰੇ ਨਾਲ ਵੀ ਔਰ ਅਦਰਵਾਈਜ਼ ਵੀ, ਬਟ ਹੋਰ ਸਰਕਮਸਟਾਂਸਿਸ ਇਹੋ ਜਿਹੇ ਹੈਗੇ ਆ ਜਿੱਥੇ ਬੇਸਿਕਲੀ ਜਿਹੜੀ ਐਕਸੈਪਟੇਬਿਲਟੀ ਤਾਂ ਲੋਕਾਂ ਦੇ ਵਿੱਚ ਹੋਣੀ ਚਾਹੀਦੀ ਹੈ ਨਾ, ਉਹਦੇ ਵਿੱਚ ਕਿਸੇ ਦਾ ਤਾਂ ਕੀ ਰੋਲ ਹੈਗਾ? ਜਦੋਂ ਐਕਸੈਪਟੇਬਿਲਟੀ ਨਹੀਂ ਹੈਗੀ ਤਾਂ ਇਸ ਗੱਲ ਨੂੰ ਮੰਨ ਲੈਣਾ ਚਾਹੀਦਾ। ਤੇਜਿੰਦਰਪਾਲ ਸਿੰਘ ਬਿੱਟੂ ਕਿਉਂਕਿ ਸਹਿ ਪ੍ਰਭਾਰੀ ਵੀ ਸੀ ਹਿਮਾਚਲ ਦੇ ਅਤੇ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਵੀ ਸੀਗੇ, ਉਹਨਾਂ ਦਾ ਜਾਣਾ ਕਿਤੇ ਨਾ ਕਿਤੇ ਜਲੰਧਰ ਦੀ ਸਿਆਸਤ ਦੇ ਵਿੱਚ, ਕਿਉਂਕਿ ਜਲੰਧਰ ਤੋਂ ਨੇ ਉਹ, ਅਤੇ ਕਿਤੇ ਨਾ ਕਿਤੇ ਇਫੈਕਟ ਪਾਏਗਾ ਕਾਂਗਰਸ ਨੂੰ?
ਮੈਨੂੰ ਲੱਗਦਾ ਕੋਈ ਫੈਕਟ ਨਹੀਂ ਹੈਗਾ, ਐਵੇਂ ਆਪਾਂ ਜੋ ਮਰਜ਼ੀ ਕਹਿ ਲਈਏ। ਸੋ ਮੈਨੂੰ ਲੱਗਦਾ ਇੱਦੋਂ ਵੱਧ ਕਹਿਣ ਦੀ ਜ਼ਰੂਰਤ ਨਹੀਂ, ਕਿਉਂਕਿ ਐਕਚੁਲੀ ਇਹ ਸੀਜ਼ਨ ਹੈ। ਕਈ ਵਾਰੀ ਨਹੀਂ ਜਿੱਦਾਂ ਕੋਈ ਪੱਤਝੜ ਆਉਂਦੀ ਆ ਜਾਂ ਕਈ ਵਾਰੀ ਨਵੀਂ ਬਹਾਰ ਆਉਂਦੀ ਆ, ਇਸ ਵਾਰੀ ਤਾਂ ਲੀਡਰਾਂ ਨੇ ਸਿਰੇ ਹੀ ਲਾਤਾ, ਕਿਉਂਕਿ ਕੋਈ ਸੋਚ ਨਹੀਂ, ਕੋਈ ਆਈਡੀਆਲੋਜੀ ਨਹੀਂ ਹੈ, ਸਿਰਫ ਅਤੇ ਸਿਰਫ ਅਪਰਚੁਨਿਟੀ ਹੈਗੀ ਆ। ਮੈਨੂੰ ਲੱਗਦਾ ਜਿਹੜੇ ਇੱਦਾਂ ਦੇ ਅਪਰਚੁਨਿਸਟ ਸਿਸਟਮ ਦੇ ਵਿੱਚ ਹੈਗੇ ਆ, ਉਹ ਚਲੇ ਜਾਣ ਤਾਂ ਮੈਨੂੰ ਲੱਗਦਾ ਪਾਰਟੀ ਦਾ ਫਾਇਦਾ ਹੁੰਦਾ, ਕਿਉਂਕਿ ਤਮਾਮ ਲੀਡਰਸ਼ਿਪ ਤਕਰੀਬਨ ਜਿਹੜੀ ਹੈ ਬੀਜੇਪੀ ਆਮ ਆਦਮੀ ਦੀ ਜਾ ਰਹੀ ਹੈ, ਲੇਕਿਨ ਕਾਂਗਰਸ ਦਾ ਜਿਹੜਾ ਗ੍ਰਾਫ ਹੈਗਾ ਆ ਉਹ ਵੀ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ, ਕਿਉਂਕਿ ਅਗਰ ਲੀਡਰ ਹੀ ਚਲੇ ਗਏ ਤਾਂ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਵੀ ਤਾਂ ਉਹਨਾਂ ਦੇ ਨਾਲ ਹੀ ਹੁੰਦੇ। ਦੇਖੋ ਅਲਟੀਮੇਟਲੀ ਗੌਰਵ ਜੀ, ਅੱਜ ਕੱਲ੍ਹ ਬਹੁਤੇ ਜ਼ਿਆਦਾ ਸਮਰਥਕ ਹੁੰਦੇ ਨਹੀਂ ਹੈ ਲੀਡਰਾਂ ਨਾਲ, ਲੀਡਰ ਇਕੱਲੇ ਰਹਿ ਜਾਂਦੇ ਆ ਲਗਭਗ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਿੰਨਾ ਕੁ ਜਿਹੜਾ ਛੱਡ ਛੁੱਟ ਕੇ ਜਾ ਰਹੇ ਆ ਉਨਾ ਕੁ ਕਾਂਗਰਸ ਨੂੰ ਵੱਧ ਫਾਇਦਾ ਹੋਵੇ। ਪਵਨ ਟਿੱਲੋਂ ਨੇ ਕਿਹਾ ਹੈਗਾ ਕਿ ਦਰਿਆ ਪਾਰ ਕਰਕੇ ਕੈਂਡੀਡੇਟ ਲਿਆ ਕੇ ਕਾਂਗਰਸ ਲੜਵਾ ਰਹੀ ਹੈ, ਤੇ ਅਗਰ ਲੋਕ ਉਹਨਾਂ ਤੋਂ ਕੰਮ ਕਰਾਉਣ ਕੀ ਖਰੜ ਲਿਆ ਕਰਨਗੇ? ਦੇਖੋ ਅਲਟੀਮੇਟਲੀ ਅਸੀਂ ਤਾਂ ਨਹੀਂ ਇਹ ਕਰਨ ਲੱਗ ਪੈਂਦੇ ਹਾਂ ਕਿ ਇਹ ਫਲਾਨੀ ਜਗ੍ਹਾ ਦਾ ਫਲਾਨੀ ਜਗ੍ਹਾ ਦਾ, ਇਹ ਬੜਾ ਵੱਡਾ ਬ੍ਰਹਿਮੰਡ ਆ, ਉਹਦੇ 'ਚ ਅਸੀਂ ਥੋੜ੍ਹੀ ਜਿਹੀ ਜਗ੍ਹਾ ਆਉਂਦੇ ਹਾਂ। ਅੱਛਾ ਉਹਦੇ ਵਿੱਚ ਇਹ ਕਿਹੜਾ ਕਿਸੇ ਪੰਜਾਬ ਤੋਂ ਬਾਹਰ ਦੀ ਗੱਲ ਹੈਗੀ ਆ, ਕੋਈ ਕਿਤੇ ਰਹਿਣ ਲੱਗ ਪੈਂਦਾ, ਕੋਈ ਕਿਤੇ ਰਹਿਣ ਲੱਗ ਪੈਂਦਾ, ਅਤੇ ਚੰਨੀ ਜੀ ਇੱਥੇ ਰਹਿਣ ਲੱਗ ਪੈਣਗੇ, ਇਹਦੇ 'ਚ ਕੀ ਪ੍ਰੋਬਲਮ ਹੈ? ਚੰਨੀ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ ਜੋ ਕਹਿੰਦੇ ਕਿ ਮਹਿਰੂਮ ਸਾਂਸਦ ਸੰਤੋਖ ਸਿੰਘ ਚੌਧਰੀ ਦਾ ਅੱਜ ਦੇਹਾਂਤ ਹੋਇਆ, ਕਿਉਂਕਿ ਚੌਧਰੀ ਪਰਿਵਾਰ ਜਿਹੜਾ ਬੀਜੇਪੀ 'ਚ ਸ਼ਾਮਿਲ ਹੋ ਗਿਆ। ਦੇਖੋ ਮੈਨੂੰ ਲੱਗਦਾ ਜਿਹੜੇ ਸਰਦਾਰ ਸੰਤੋਖ ਸਿੰਘ ਚੌਧਰੀ ਸੀ, ਮੈਂ ਉਹਨਾਂ ਬਾਰੇ ਨਹੀਂ ਕਮੈਂਟ ਕਰ ਸਕਦਾ, ਕਿਉਂਕਿ ਇੱਕ ਚੰਗੇ ਇਨਸਾਨ ਵੀ ਚੰਗੇ ਇਨਸਾਨ ਸੀ, ਪਰ ਮੇਰਾ ਖਿਆਲ ਹੈ ਕਿ ਗਾਂ ਜਿਹੜੀ ਵਿਰਾਸਤ ਹੁੰਦੀ ਆ ਉਹ ਵਿਰਾਸਤ ਤਾਂ ਗਾਂ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੇ ਤੋਰਨੀ ਹੁੰਦੀ ਆ। ਸੋ ਵਿਕਰਮ ਬਾਰੇ ਤਾਂ ਮੈਨੂੰ ਲੱਗਦਾ ਕਿ ਜੇ ਇਹ ਇੰਨੀ ਇਹਨਾਂ 'ਚ ਗੱਟਸ ਹੈਗੇ ਆ ਤਾਂ ਦੈਨ ਹੀ ਸ਼ੁੱਡ ਰਿਜ਼ਾਈਨ ਐਂਡ ਦੈਨ ਕੰਟੈਸਟ, ਦੈਨ ਪਤਾ ਲੱਗੂਗਾ ਕਿ ਐਕਚੁਲੀ ਭਾਅ ਕਿਹੜੇ ਭਾਅ ਖੜਦੀ ਆ। ਤੁਹਾਡੀ ਵੀ ਚਰਚਾਵਾਂ ਹੋ ਰਹੀ ਹੈ ਕਿ ਤੁਹਾਨੂੰ ਵੀ ਪਾਰਟੀ ਕਿਤੇ ਨਾ ਕਿਤੇ ਟਿਕਟ ਦੇ ਕੇ ਚੋਣ ਲੜਵਾ ਸਕਦੀ ਹੈ, ਇਸ ਬਾਰੇ ਕੁਛ ਦੱਸ ਸਕੋ? ਨਹੀਂ ਦੇਖੋ ਮੈਂ ਬੜਾ ਕਲੀਅਰ ਹਾਂ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਇਹ ਲੜਾਈ ਵੱਡੀ ਆ, ਇਹ ਲੜਾਈ ਦੇਸ਼ ਦੀ ਪੋਲੀਟਿਕਸ ਦੀ ਹੈਗੀ ਆ। ਬੀਜੇਪੀ ਜਿਹੜੀ ਆ ਅੱਜ ਦੀ ਤਰੀਕ ਦੇ ਵਿੱਚ ਦੇਸ਼ ਨੂੰ ਪੋਲਰਾਈਜ਼ ਕਰਨ 'ਤੇ ਲੱਗੀ ਹੋਈ ਆ। ਬੀਜੇਪੀ ਸੰਵਿਧਾਨ ਆਉਣ ਵਾਲੇ ਸਮੇਂ 'ਚ ਬੜਾ ਕਲੀਅਰ ਕੱਟ ਕਹਿ ਰਹੀ ਵੀ ਅਸੀਂ ਸੰਵਿਧਾਨ ਜਿਹੜਾ ਉਹ ਖਤਮ ਕਰਨਾ, ਚੇਂਜ ਕਰਨਾ। ਸੋ ਉਹਦੀ ਲੜਾਈ ਹੈਗੀ ਆ, ਔਰ ਉਸ ਲੜਾਈ ਦੇ ਵਿੱਚ ਜੇ ਪਾਰਟੀ ਮੈਨੂੰ ਜਿੱਥੇ ਵੀ ਠੀਕ ਸਮਝੂ ਮੈਂ ਲੜਨ ਤੋਂ ਭੱਜਦਾ ਨਹੀਂ ਹੈ, ਲੇਕਿਨ ਇਹ ਪਾਰਟੀ ਨੇ ਡਿਸਾਈਡ ਕਰਨਾ।